सवेर के समय बस स्टैंड ते भयानक हादसा वापरन नाल एक महिला की मौत हो गई। दस दईए कि एक निजी बस दीआं ब्रेकां फेल होण कारण बेकाबू बस एक महिला दे विच जा वज्जी, जिस दी मौके ते ही मौत हो गई। मृतक एक प्राइवेट स्कूल की अध्यापक दसी जा रही है, जो सवेर के समय ड्यूटी ते जाण दे लई बस स्टैंड खड़ी बस का इंतजार कर रही थी। फिलहाल पुलिस ने ड्राइवर नूं काबू करके अगली कार्रवाई शुरू कर दिती है। दस दईए कि मोगा चौंक च भयानक हादसा वापर नाल लू कंडे खड़े हो गए ने, जदकि एक निजी बस दीआं ब्रेकां फेल होण कारण बेकाबू बस एक महिला ते जा चढ़ी, जिस दी मौके ते ही मौत हो गई। मृतक औरत दी पछाण भुबती वजो हुई है, जो एक प्राइवेट स्कूल दी अध्यापका दसी जा रही है, जो सवेर दे समय ड्यूटी ते जाण दे लई बस दा इंतजार कर रही सी। फिलहाल पुलिस ने ड्राइवर नूं काबू करके अगली कार्रवाई शुरू कर दित्ती है। उत्थे ही मौके ते मौजूद चश्मदीद ने दस्या कि एक निजी बस दीआं ब्रेकां फेल होण कारण पहला दूजी बस नाल टकराई, फिर बेकाबू बस एक महिला ते जा चढ़ी, जिस दी मौके ते ही मौत हो गई। ਸਾਰਾ ਮਾਮਲਾ ਇਹ ਆ ਜੀ, ਮੇਰਾ 7:25 ਟਾਈਮ ਹੈ ਜੋ ਚੌਂਕ ਦੇ ਵਿੱਚੋਂ ਜੀ ਮੈਂ ਤੁਰਿਆ ਜਾਂਦਾ ਸੀਗਾ ਜੀ, ਇੱਥੇ ਹਰ ਬੱਸ ਵਾਲੇ ਨੇ ਸਾਈਡ ਤੋਂ ਸਟਾਰਟ ਕੀਤੀ, ਧੱਕਾ ਲਾ ਕੇ ਜੀ ਇਹਦੇ ਵਿੱਚ ਪ੍ਰੈਸ਼ਰ ਰਹਿਣੀ, ਇਹਨਾਂ ਨੇ ਕੱਲ੍ਹ ਵੀ ਤਾਂ ਹੀ ਸਟਾਰਟ ਕੀਤੀ ਹੈ, ਕਾਫੀ ਸਾਨੂੰ ਕਹਿੰਦੇ ਅਸੀਂ ਸਟਾਰਟ ਕੀਤੀ ਆ, ਉਹ ਡਰਾਈਵਰ ਤੋਂ ਕੰਟਰੋਲ ਨਹੀਂ ਹੋਈ, ਲਿਆ ਕੇ ਮੇਰੀ ਬੱਸ ਦੇ ਵਿੱਚ ਮਾਰੀ, ਜਿਹੜੀ ਇੱਕ ਲੇਡੀਜ਼ ਖੜੀ ਸਾਈਡ 'ਤੇ ਉਹਦੇ ਵਿੱਚ ਵੱਜੀ ਤੇ ਹਰ ਬੱਸ ਆ ਕੇ ਉਹਦੀ ਮੌਕੇ 'ਤੇ ਡੈਥ ਹੋ ਗਈ। ਉੱਥੇ ਹੀ ਪੁਲਿਸ ਦੇ ਵੱਲੋਂ ਬੱਸ ਡਰਾਈਵਰ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਏ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਿੰਘ ਜੀ, ਇੱਕ ਬੱਸ ਸਟੈਂਡ ਸਿਸਰੇ ਹਾਦਸਾ ਹੋਇਆ, ਇੱਕ ਮਹਿਲਾ ਦੀ ਮੌਤ ਹੋਈ ਹੈ, ਜਾਣਕਾਰੀ ਦੇ। ਸਰ, ਇਹ ਬੱਸ ਸਟੈਂਡ 'ਤੇ ਖੜੀ ਸੀ ਇੱਕ ਮਹਿਲਾ, ਅਤੇ ਉੱਧਰੋਂ ਕਿਤੇ ਜਿਹੜੀ ਹਰ ਬੱਸ ਆ ਰਹੀ ਸੀ ਅੰਦਰ ਦੇ ਪਾਸੋਂ ਕੱਢਣ ਲੱਗੀ, ਉਹਦੀ ਬੇਕਮੁੱਖ ਫੇਲ ਹੋ ਗਈ, ਵਿੱਚ ਵੱਜ ਗਿਆ, ਉਸ ਦੀ ਪਰਸਨ ਦੇ ਵਿਚਾਲੇ ਆ ਗਈ, ਮੌਕੇ 'ਤੇ ਵੀ ਮੌਤ। ਅਤੇ ਹੁਣ ਸਰ ਕੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਅਗਲੀ ਕਾਰਵਾਈ ਚੱਲ ਰਹੀ ਹੈ, ਤੁਸੀਂ ਚੱਲ ਰਹੀ। ਬੱਸ ਦਾ ਡਰਾਈਵਰ ਕਿੱਥੇ ਸੀ? ਇਹ ਸਰ ਮੌਕੇ 'ਤੇ ਖੜ੍ਹਾ। ਅਤੇ ਮਹਿਲਾ ਦੀ ਕਿੰਨੀ ਕੁ ਉਮਰ ਸੀ? ਆਈ ਡੀ ਹੋ ਸਕਦੀ 32-30 ਵਰਸ਼ ਦੀ। ਬੱਸ ਦੀਆਂ ਬ੍ਰੇਕਾਂ ਫੇਲ ਹੋਣ ਦਾ ਕਾਰਨ ਕੀ ਦੱਸਿਆ ਗਿਆ ਜੀ? ਉਹ ਪ੍ਰੈਸ਼ਰ ਲੀਕ ਹੋ ਗਿਆ ਬੱਸ ਦੇ, ਬ੍ਰੇਕ ਨਹੀਂ ਲੱਗੀ ਡਰਾਈਵਰ ਪਾਸੇ। ਮੋਗਾ ਤੋਂ ਬਿੱਟੂ ਪੂਰਵਾ ਦੀ ਰਿਪੋਰਟ, ਹਮਦਰਦ ਟੀਵੀ।